ਸੁਭਾਨ ਅੱਲਾ, ਕਿਆ ਬਾਤ ਆ। ਨਜ਼ਾਰਾ ਚੈੱਕ ਕਰੋ ਤੁਸੀਂ ਸਨੋਹ ਦਾ। ਜਿੱਦਾਂ ਚਿੱਟੀ ਚਾਦਰ ਨਹੀਂ ਵਿਛੀ ਹੁੰਦੀ, ਇੰਝ ਹੋਇਆ ਪਿਆ ਸਭ ਕੁਛ। ਸੁਭਾਨ ਅੱਲਾ, ਕਿਆ ਬਾਤ ਆ। ਚੈੱਕ ਕਰੋ ਚੈਨਾ, ਚੈੱਕ ਕਰੋ ਚੈਨਾ। ਚੀਕਦੀਆਂ ਹੀ ਜਾਂਦੀਆਂ, ਚੀਕਦੀਆਂ ਹੀ। ਰੋਡ ਚੈੱਕ ਕਰੋ, ਚਿੱਟੀ ਚਾਦਰ ਹੈ ਕਿ ਨਹੀਂ। ਸਨੋਹ ਨੇ ਬੁਰਾ ਹਾਲ ਕੀਤਾ ਬਈ, ਸਨੋਹ ਨੇ ਭੈੜੇ ਹਾਲਾਤ ਆ ਬਈ। ਬਹੁਤ ਮਾੜੇ ਹਾਲਾਤ ਆ ਬਈ ਸਨੋਹ ਦੇ। ਲਓ ਜੀ, ਮੈਂ ਇੰਨਾ ਖੁੱਭ ਗਿਆ ਜੀ, ਆਹ ਲਓ ਚੈੱਕ ਕਰ ਲਓ। ਆ ਇੰਨਾ ਖੁੱਭਾ ਖੜਾ ਮੈਂ ਨੌ ਦੇ ਵਿੱਚ। ਓ ਤੇਰੀ, ਇੰਨੀ ਇੰਨੀ ਸਨੋਹ ਆ। ਹਾਲ ਚੈੱਕ ਕਰ ਲਓ ਸਨੋਹ ਦਾ।
ਅਖੀਰ ਪ੍ਰੋਗਰਾਮ ਹੋਇਆ ਪਿਆ। ਜਿਵੇਂ ਲੱਗੇ ਆ ਰਿੜਨ ਬਾਈ, ਚੈਨਾ ਚੜਾ ਰਿਹਾ ਟਰੱਕਾਂ ਵਾਲੇ। ਚੈੱਕ ਸਟੇਸ਼ਨ ਲੱਗਾ ਖੜਾ ਸਾਹਮਣੇ, ਚੈਨਾ ਤੋਂ ਬਿਨਾਂ ਕੋਈ ਬੰਦਾ ਜਾਣ ਨਹੀਂ ਦੇਣਾ ਉਹਨਾਂ ਨੇ। ਅਸੀਂ ਮੈਂ ਤਾਂ ਪਿੱਛੋਂ ਪਾ ਕੇ ਆਇਆ ਬਾਈ, 8-7 ਮੀਲ ਪਿੱਛੇ ਜਗ੍ਹਾ ਲੱਭ ਗਈ ਸੀ, ਉੱਥੋਂ ਪਾ ਕੇ ਆਇਆ। ਪੈ ਵੀ ਰਹੀ ਹੈ ਸਾਨੂੰ ਦੇ ਕੇ ਧੱਕਾ। ਇਹ ਦੇਖੋ ਚੈਨਾ ਪੈ ਰਹੀ ਹੈ। ਦੇਖੋ ਆਹ ਚੈਨਾ ਚੈੱਕ ਕਰਨ ਵਾਲੇ ਖੜੇ। ਤੁਹਾਨੂੰ ਨੇੜੇ ਕਰਕੇ ਦਿਖਾ ਦਿਓ। ਚੈੱਕ ਕਰੋ, ਦਰਖਤ ਚੈੱਕ ਕਰੋ, ਅੱਲਾਹ ਦੀ ਕੁਦਰਤ ਦੇਖੋ, ਸ਼ਾਨ ਮੇਰੇ ਰੱਬ ਦੀ, ਹਰ ਚੀਜ਼ ਚਿੱਟੀ। ਯਾਰ ਹੁਣੀ ਉਹਦਾ ਪੁਰਾਣਾ ਰੂਟ ਆ, ਉਹ ਵੱਖਰੀ ਗੱਲ ਆ। ਆਏ ਬੜੀ ਦੇਰ ਬਾਅਦ ਕੰਡੀਸ਼ਨ ਚੈੱਕ ਕਰੋ ਬਾਈ, ਕੋਈ ਲੈਂਡ ਨਹੀਂ ਨਜ਼ਰ ਆ ਰਹੀ, ਕੋਈ ਕ੍ਰੋਸ ਬਾਰਡਰ ਨਹੀਂ ਨਜ਼ਰ ਆ ਰਿਹਾ, ਨਥਿੰਗ, ਫ੍ਰੀਜ਼ਿੰਗ ਹੋਈ ਆ, ਸਨੋਅ ਪਈ ਜਾਂਦੀ। ਉਹ ਥੋੜ੍ਹੀ ਜਿਹੀ ਸਨੋਅ ਘਟੀ ਆ ਇੱਥੇ ਆਣ ਕੇ, ਪਰ ਰੋਡ ਦੀ ਕੰਡੀਸ਼ਨ ਪਹਿਲੇ ਨਾਲੋਂ ਵੀ ਬੈਡ ਆ, ਬਹੁਤ ਜ਼ਿਆਦਾ ਬੈਡ ਆ। ਵੈਰੀ ਬੀ ਕੇਅਰਫੁਲ, ਵੈਰੀ 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 ਬੀ ਕੇਅਰਫੁਲ। ਪਤਾ ਨਹੀਂ ਲੱਗਦਾ ਹਿਸਾਬ ਦੇ ਨਾਲ ਹੀ ਤੁਰੇ ਹਾਂ, ਕਿਉਂਕਿ ਥੱਲੇ ਵੀ ਨਾ ਉਤਰ ਜਾਈਏ। Yeah.
ਮੇਰੀ ਹੀ ਸਭਾ ਸਾਈਨ ਬੋਰਡ ਦੇਖ ਲਓ ਟਰੱਕ ਦੀ ਸਪੀਡ ਚੈੱਕ ਕਰ ਲਓ ਵੀਡੀਓ ਪਸੰਦ ਆਵੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟਸ ਕਰਨਾ ਥੈਂਕ ਯੂ ਸਬਸਕ੍ਰਾਈਬ ਕਰਨਾ ਚੈਨਲ ਮਤ ਭੁੱਲਿਓ